ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 'ਤੇ। ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੌਣ ਕਲਾਂ ਜ਼ਿਲ੍ਹਾ ਪਟਿਆਲਾ ਕਬੱਡੀ ਕੱਪ 'ਤੇ ਕਿਹੜਾ ਪਲੇਅਰ ਕਿਹੜੀ ਟੀਮ ਵਿੱਚ ਖੇਡੇਗਾ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਪਿੰਡ ਦੌਣ ਕਲਾਂ ਵਿੱਚ ਕਬੱਡੀ ਇੱਕ ਪਿੰਡ ਓਪਨ 3 ਬਾਹਰੋਂ ਦੇ ਮੈਚ ਕਰਵਾਏ ਜਾਣਗੇ। ਪਹਿਲਾ ਇਨਾਮ 1 ਲੱਖ, ਦੂਜਾ ਇਨਾਮ 75,000, ਬੈਸਟਾਂ ਨੂੰ 4 ਟਰੈਕਟਰ ਦਿੱਤੇ ਜਾਣਗੇ। ਇਸ ਕਬੱਡੀ ਕੱਪ 'ਤੇ ਸੱਦੇ ਪੱਤਰ ਵਾਲੀਆਂ 8 ਟੀਮਾਂ ਦੇ ਮੈਚ ਹੋਣਗੇ। ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਇਸ ਕਬੱਡੀ ਕੱਪ 'ਤੇ ਧਮਧਾਨ ਸਾਹਿਬ ਦੀ ਟੀਮ ਵਿੱਚੋਂ ਪਲੇਅਰ ਖੇਡਣਗੇ ਸਨੀ ਕਾਲੇ ਸੰਘਿਆ, ਗੁਰਵਿੰਦਰ ਘਾਂਗਾ, ਦੀਪ ਦਬੁਰਜੀ, ਸੁਨੀਲ ਧਮਧਾਨ ਸਾਹਿਬ ਅਤੇ ਮਲਕੀਤ ਧਮਧਾਨ ਸਾਹਿਬ। ਦੌਣ ਕਲਾਂ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਰਵੀ ਕੈਲਰਮ, ਛੋਟਾ ਨਾਥ, ਪ੍ਰਤਾਪ ਕੜਿਆਣਾ ਅਤੇ ਹੈਪੀ ਦੌਣ। ਸ਼ੂਸ਼ਕ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਸੁਨੀਲ ਖਰਕਪੂਰਾ, ਪ੍ਰੀਤ ਲੱਦੂ, ਗੁਰਪ੍ਰੀਤ ਅਤੇ ਫੁੱਲਾ ਸ਼ੂਸ਼ਕ। ਫਰਮਾਣਾ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਸੋਨੀ ਫੱਕਰ ਝੰਡਾ, ਸਚਿਨ ਗੰਗੋਲੀ, ਗੋਰਾ ਰਸਾਲੂ, ਦੇਸੀ ਫਰਮਾਣਾ। ਦਿੜਬਾ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਬੰਨੀ ਸਮਾਣਾ, ਚਿਰਾਗ ਦਿਨ ਮਈਆਂ ਵਾਲਾ, ਮੱਖਣ ਮੱਖੀ, ਸੱਤੀ ਦਿੜਬਾ, ਧਿਆਨਾ ਦਿੜਬਾ। ਅਤੇ ਲੋਹਾਰਾ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਹਰਮਨ ਘੋਲੀਆ, ਬੁਲਟ ਖੀਰਾਂ ਵਾਲੀ, ਗਗਨ ਜੋਗੇਵਾਲ, ਅਮਨਾ ਲੋਹਾਰਾ, ਅਰਸ਼ ਲੋਹਾਰਾ ਅਤੇ ਰੋਮੀ ਲੋਹਾਰਾ। ਇਹ ਪਲੇਅਰ ਵੱਖ ਵੱਖ ਟੀਮਾਂ ਦੇ ਵਿੱਚ ਖੇਡਣਗੇ। ਇਸ ਕਬੱਡੀ ਕੱਪ ਦਾ ਲਾਈਵ ਕਬੱਡੀ 1, 2, 3 YouTube ਚੈਨਲ 'ਤੇ ਚੱਲੇਗਾ। ਇਹਨਾਂ ਟੀਮਾਂ ਵਿੱਚੋਂ ਤੁਹਾਨੂੰ ਕਿਹੜੀ ਟੀਮ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।